ਅਸੀਂ ਗੱਲ ਕਰ ਰਹੇ ਹਾਂ ਪੈਰਿਸ ਓਲੰਪਿਕਸ ਦੇ ਵਿੱਚ ਭਾਰਤੀ ਟੀਮ ਦੇ ਪਰਫੋਰਮੈਂਸ ਦੀ। ਮੇਰੇ ਨਾਲ ਇਸ ਬਾਰੇ ਗੱਲਬਾਤ ਕਰਨ ਲਈ ਵੀਡੀਓ ਕਾਲ 'ਤੇ ਨੇ ਪਟਿਆਲੇ ਤੋਂ ਪ੍ਰੋਫੈਸਰ ਡਾਕਟਰ ਮਨਮੋਹਨ ਸਿੰਘ। ਉਹ ਐਂਟੀ ਡੋਪਿੰਗ ਵਰਕ ਦੇ ਵਿੱਚ ਪਾਇਨੀਅਰ ਆਪਣੇ ਮੁਲਕ ਦੇ ਵਿੱਚ ਰਹੇ ਨੇ ਔਰ ਉਹਨਾਂ ਦੀ ਬੜੀ ਲੈਗੇਸੀ ਆ। ਸਰਦਾਰ ਗੁਰਸੇਵਕ ਸਿੰਘ ਦੇ ਉਹ ਬੇਟੇ ਵੀ ਨੇ। ਸਰਦਾਰ ਗੁਰਸੇਵਕ ਸਿੰਘ ਤੁਹਾਨੂੰ ਪਤਾ ਹੀ ਆ ਕਿ ਇੰਡੀਅਨ ਹਾਕੀ ਦੇ ਨਾਲ ਪਤਾ ਨਹੀਂ ਕਿੰਨੇ ਦਹਾਕੇ ਜੁੜੇ ਰਹੇ। ਡਾਕਟਰ ਮਨਮੋਹਨ ਸਿੰਘ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਕਮਲ ਸਾਹਿਬ, ਇਟਸ ਅ ਪਲੇਜ਼ਰ ਮੀ ਟਾਕਿੰਗ ਟੂ ਯੂ ਐਂਡ ਥਰੂ ਯੂ ਯੋਰ ਵਿਊਅਰਸ। ਥੈਂਕ ਯੂ ਡਾਕਟਰ ਮਨਮੋਹਨ ਸਿੰਘ। ਮੈਂ ਜਿਵੇਂ ਦੱਸਿਆ ਕਿ ਤੁਹਾਡੇ ਪਰਿਵਾਰ ਦੀ ਬਹੁਤ ਵੱਡੀ ਹਾਕੀ ਦੇ ਨਾਲ ਜੁੜੀ ਹੋਈ ਲੈਗੇਸੀ ਆ। ਜਿਹੜਾ ਆਪਣਾ ਪਰਫੋਰਮੈਂਸ ਰਿਹਾ ਹਾਕੀ ਦੇ ਵਿੱਚ, ਬ੍ਰੌਂਜ਼ ਮੈਡਲ ਆਇਆ ਵਾ, ਇਹਦੇ ਬਾਰੇ ਕੀ ਕਹੋਗੇ? ਆਈ ਥਿੰਕ ਮੇਰੇ ਹਿਸਾਬ ਨਾਲ ਤਾਂ ਦ ਬੋਇਜ਼ ਪਲੇਡ ਵੈਲ। ਮੈਂ ਵਿਨ ਔਰ ਲੂਜ਼ ਦੀ ਗੱਲ ਘੱਟ ਕਰਦਾ ਹੁੰਦਾ ਕਿਉਂਕਿ ਓਲੰਪਿਕ ਸਪੋਰਟਸ ਦੇ ਵਿੱਚ ਇਟ ਇਜ਼ ਹਾਊ ਯੂ ਪਲੇ, ਬਾਕੀ ਵਿਕਟਰੀ ਐਂਡ ਲੋਸ ਇਟ ਇਜ਼। ਤੋ ਆਈ ਥਿੰਕ ਆਈ ਵਾਚਡ ਆਲ ਦ ਮੈਚ, ਦ ਬੋਇਜ਼ ਦ ਟੀਮ ਪਲੇਡ ਵੈਰੀ ਵੈਲ, ਬਾਕੀ ਦੇ ਪਲੇਡ ਵੈਰੀ ਵੈਲ ਅਗੇਂਸਟ ਇੰਗਲੈਂਡ, ਦੇ ਪਲੇਡ ਵੈਰੀ ਵੈਲ ਅਗੇਂਸਟ this in the semi finals also. Jeez. So I think that our team after the last bronze medal, again they have won a bronze medal this time, so they are stabilizing now. Ji tonu pata hi hai bhi bahut saal we were in wilderness. Ji mere khayal mein Moscow Olympics ke baad sanu koi medal hi nahi aaya si. Bilkul theek hai. And Moscow Olympics tha, it was a lame duck Olympics. Ji bilkul theek, lot of teams never participated in that, but bilkul theek. Having said that, I think our team is stabilizing and they can, you know, develop, they can play better if they maintain this baseline. Bilkul theek hai. And you have Dr. Manmohan Singh, tusi kyunki apne ko sama honna kiya, tusi anti doping work de pioneer je mulk de vich, aur luckily ਲੇਟਲੀ ਹੁਣ ਕੋਈ ਆਪਣੀ ਡੋਪਿੰਗ ਦੇ ਮਸਲੇ ਦੇ ਵਿੱਚ ਕੋਈ ਫਸਿਆ ਨਹੀਂ, ਆਪਣਾ ਪਲੇਅਰ ਇਹਨਾਂ ਗੇਮਸ ਦੇ ਵਿੱਚ ਵੀ ਨਹੀਂ ਕੋਈ ਫਸਿਆ। ਪਰ ਇੱਥੇ ਇੱਕ ਹੋਰ ਅਜੀਬੋ ਗਰੀਬ ਗੱਲ ਹੋ ਗਈ ਕਿ ਆਪਣੀ ਇੱਕ ਬਹੁਤ ਸ਼ਾਨਦਾਰ ਪਹਿਲਵਾਨ ਆ ਵਿਨੇਸ਼ ਫੋਗਾਟ, ਉਹ 100 ਗ੍ਰਾਮ ਕਰਕੇ ਆਪਣੇ ਵੇਟ ਦੇ ਵਿੱਚ ਡਿਸਕੁਆਲੀਫਾਈ ਹੋ ਗਈ। ਇਹਨੂੰ ਐਜ਼ ਅ ਡਾਕਟਰ ਤੁਸੀਂ ਕਿਵੇਂ ਦੇਖਦੇ ਜੇ? ਸੰਧੂ ਸਾਹਿਬ, ਇਟ ਇਜ਼ ਵੈਰੀ ਅਨਫੋਰਚੁਨੇਟ, ਇਟ ਇਜ਼ ਵੈਰੀ ਹਾਰਟ ਬ੍ਰੇਕਿੰਗ ਦੈਟ ਵੀ ਹੈਵ ਲੋਸਟ ਅ ਸਰਟਨ ਮੈਡਲ, if not gold at least silver we have lost. Ji I think that there is a lapse in the support staff, right, or the sports system which was to be provided to the players, you know, the player. And I feel that thoda ja laxity rakhi gayi hai ya unhone ਉਨੀ ਸੀਰੀਅਸਲੀ ਨਹੀਂ ਉਸ ਸਾਰੀ ਗੱਲ ਨੂੰ ਅਪਰੋਚ ਕੀਤਾ ਜਿੰਨਾ ਕਿ ਕਰਨਾ ਚਾਹੀਦਾ ਸੀ। ਪਹਿਲੀ ਗੱਲ ਤਾਂ ਜਿਹੜਾ ਆਪਣਾ ਇਹ ਵਿਨੇਸ਼ ਹੈ, ਸ਼ੀ ਵਾਜ ਬਰੋਟ ਡਾਊਨ ਫਰੋਮ ਅਰ ਹਾਇਰ ਕੈਟੇਗਰੀ ਟੂ ਅ ਲੋਅਰ ਕੈਟੇਗਰੀ ਟੂ ਪਾਰਟੀਸਿਪੇਟ ਇਨ ਦਿਸ ਓਲੰਪਿਕ। ਵਾਂਸ ਯੂ ਬ੍ਰਿੰਗ ਡਾਊਨ ਯੋਰ ਵੇਟ ਟੂ ਪਾਰਟੀਸਿਪੇਟ ਇਨ ਲੋਅਰ ਕੈਟੇਗਰੀ, ਤਾਂ ਫਿਰ ਤੁਹਾਡੀ ਬਾਡੀ ਦੀ ਇੱਕ ਆਪਣੀ ਟੈਂਡੈਂਸੀ ਹੁੰਦੀ ਹੈ ਟੂ ਗੋ ਬੈਕ ਟੂ ਦੈਟ ਵੇਟ ਐਜ਼ ਸੂਨ ਐਜ਼ ਯੂ stop trying to lose, right? So
if you will go through, I have gone through the details of this case. She was 49.9 on the day one when she participated on the first weighing. And she won all the three bouts. After that, she dehydrated, she nutritioned, and as a result of that, she gained and she became 52.7. Now that, you know, 2 kilos and 800 grams was a was probably too much for her body to lose in a period of 12 hours. They, whoever was supporting her, whether it was a nutritionist or the doctor or the, you know, coach, they should have made sure that she doesn't gain so much in a short time, so that you know, she ਉਹਨੇ ਕਰਨਾ ਹੀ ਸੀ ਜਦੋਂ ਰੀਹਾਈਡਰੇਟ ਕਰ ਰਹੀ ਹੈ ਬਟ ਦੈਨ ਸ਼ੀ ਸ਼ੁਡ ਹੈਵ ਮੇਡ ਦੇ ਸ਼ੁਡ ਹੈਵ ਮੇਡ ਸ਼ੋਰ ਦੈਟ ਸ਼ੀ ਸ਼ੁਡ ਬੀ ਇਨ ਦੈਟ ਲਿਮਿਟ ਵੇਅਰ ਸ਼ੀ ਕੈਨ ਲੂਜ਼ ਇਟ ਇਨ ਦਾ ਨੈਕਸਟ 12 ਆਵਰਸ ਐਂਡ ਦੈਟ ਇਜ਼ ਵੇਅਰ ਦੇ ਹੈਵ ਦ ਦੈਟ ਇਜ਼ ਵੇਅਰ ਦ ਥਿੰਗਸ ਹੈਵ ਗੋਨ ਰੋਂਗ ਐਂਡ ਆਈ ਮੀਨ ਆਈ ਐਮ ਨਾਟ ਸੇਇੰਗ ਦੈਟ ਦੇ ਆਰ ਟੂ ਬੀ ਬਲੇਮਡ ਫਾਰ ਇਟ ਟੋਟਲੀ ਬਟ ਸਰਟਨਲੀ ਐਟ ਦਿਸ ਲੈਵਲ ਆਫ ਟੂਰਨਾਮੈਂਟ ਐਟ ਦਿਸ ਲੈਵਲ ਆਫ ਕੰਪੀਟੀਸ਼ਨ ਯੂ ਨੀਡ ਟੂ ਬੀ ਮਚ ਮੋਰ ਯੂ ਨੋ proactive when you are dealing with world class athletes in world class tournaments. Bilkul theek hai. Now there is no absolutely Dr. Manmohan Singh, your last word on the overall Indian performance at Paris. I think that we have, if you compare us with the world sports, we are probably still toddling. But if you compare what we are doing in the Olympics with our past performance as a country, I think we are doing better. More sports are getting, especially shooting, we see this time, wrestling, then athletics. Neeraj has, you know, got a silver medal. He could have got a gold, but he's also on, you know, he's done it. France, he could have done it. Probably it never happened. Pakistani athlete, the performance is very good. Very good, ji. And Neeraj could not, but anyways, I think overall our performance, if we compare it with what we have been doing so far, is better.